ਸਤਿ ਸ੍ਰੀ ਅਕਾਲ ਦੋਸਤੋ, ਕੀ ਹਾਲ ਚਾਲ ਹੈ? ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ। ਅਤੇ ਅੱਜ ਆਪਾਂ ਲੈ ਕੇ ਆਏ ਹਾਂ ਤੁਹਾਡੇ ਲਈ ਇੱਕ ਹੋਰ ਨਵੀਂ ਜਾਣਕਾਰੀ। ਅਤੇ ਜਾਣਕਾਰੀ ਵੱਲ ਵਧਣ ਤੋਂ ਪਹਿਲਾਂ, ਜਿਹੜੇ ਮੇਰੇ ਵੀਰ ਭੈਣ ਭਰਾ ਚੈਨਲ 'ਤੇ ਨਵੇਂ ਆ, ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਤਾਂ ਕਿ ਇਟਲੀ ਦੇ ਨਵੀਂ ਅਪਡੇਟ ਪਹੁੰਚ ਸਕੇ ਤੁਹਾਡੇ ਤੱਕ। ਅਤੇ ਇਸ ਦੇ ਨਾਲ ਕਰਦੇ ਅੱਜ ਦੀ ਗੱਲਬਾਤ ਸ਼ੁਰੂ। ਅਤੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਨੂਲੇ ਪੋਸਟ ਦੇ ਵਿੱਚ ਮਿਸਟੇਕ, ਜਿਵੇਂ ਕਿ ਕਈ ਵੀਰਾਂ ਦੇ ਨਾਮ ਦੀ ਮਿਸਟੇਕ ਹੋ ਸਕਦੀ ਆ ਜਾਂ ਐਡਰੈਸ ਦੀ ਮਿਸਟੇਕ ਹੋ ਸਕਦੀ ਹੈ, ਕੋਈ ਵੀ ਮਿਸਟੇਕ ਰੱਖ ਲਓ ਅਤੇ ਉਹਨੂੰ ਕਿਵੇਂ ਠੀਕ ਕਰੀਏ। ਅਤੇ ਉਹਨਾਂ ਵੀਰ ਭੈਣ ਭਰਾਵਾਂ ਨੂੰ ਮੈਂ ਦੱਸਣਾ ਚਾਹੁੰਦਾ ਹਾਂ ਕਿ ਜਿਹੜੇ ਇੱਦਾਂ ਕਿਸੇ ਦੇ ਨੂਲੇ ਉਸ ਦੇ ਵਿੱਚ ਮਿਸਟੇਕ ਹੁੰਦੀ ਆ, ਅਤੇ ਉਹ ਅਪੁਆਇੰਟਮੈਂਟ ਪਹਿਲਾਂ ਲੈਣ ਤੋਂ ਪਹਿਲਾਂ ਉਹ ਆਪਣੇ ਜਿਹਦੇ ਵੀ ਏਜੰਟ ਤੋਂ ਪੇਪਰ ਭਰਾਏ ਉਹਨਾਂ ਗੱਲ ਕਰੋ, ਜਾਂ ਫਿਰ ਜੇ ਕਿਸੇ ਰਿਸ਼ਤੇਦਾਰ ਤੋਂ ਜਾਂ ਯਾਰ ਦੋਸਤ ਕੋਈ ਵੀ ਹੈ ਜਿਹ ਤੋਂ ਵੀ ਪੇਪਰ ਭਰਵਾਏ ਉਹਨਾਂ ਗੱਲ ਕਰੋ ਕਿ ਸਾਡਾ ਜਿਹੜਾ ਨਾਮ ਦੀ ਮਿਸਟੇਕ ਹੈ ਜਾਂ ਕੋਈ ਵੀ ਮਿਸਟੇਕ ਆ ਉਹਨੂੰ ਠੀਕ ਕਰਵਾਉਣ ਲਈ ਮਾਲਕ ਨਾਲ ਗੱਲ ਕਰੇ, ਕਿਉਂਕਿ ਜਿਹੜੀ ਉਹ ਮਿਸਟੇਕ ਆ ਉਹ ਤੁਹਾਡਾ ਮਾਲਕ ਹੀ ਠੀਕ ਕਰਵਾ ਸਕਦਾ ਹੈ। ਅਤੇ ਉਹ ਤੁਹਾਡਾ ਮਾਲਕ ਜਦੋਂ ਤੁਹਾਨੂੰ ਠੀਕ, ਕਿਉਂਕਿ ਜਦੋਂ ਉਹਨੇ ਪਰਫਤੂਰੇ ਜਾ ਕੇ ਗੱਲ ਕਰਨੀ ਹੈ ਜਾਂ ਲੈ ਕੇ ਜਾਣੇ ਪੇਪਰ ਜਾਂ ਕੁਛ ਵੀ, ਅਤੇ ਉਹ ਤੁਹਾਡਾ ਛੇਤੀ ਪ੍ਰੋਸੈਸ ਹੋ ਜਾਣਾ ਕੰਮ, ਜਾਣੀ ਛੇਤੀ ਹੋ ਜਾਣਾ ਕੰਮ, ਉਹਦੇ ਵਿੱਚ ਜ਼ਿਆਦਾ ਟਾਈਮ ਨਹੀਂ ਲੱਗਣਾ। ਜਦੋਂ ਤੁਹਾਨੂੰ ਨੂਲਾ ਉਸਦਾ ਨਵਾਂ ਜਾਰੀ ਹੋ ਜਾਂਦਾ ਹੈ, ਉਸ ਤੋਂ ਬਾਅਦ ਤੁਸੀਂ ਅਪੁਆਇੰਟਮੈਂਟ ਲੈ ਕੇ ਉਸ ਤੋਂ ਬਾਅਦ ਆਪਣੀ ਫਾਈਲ ਜਮ੍ਹਾਂ ਕਰਵਾਉਣੀ ਆ, ਕਿਉਂਕਿ ਅਗਰ ਤੁਸੀਂ ਐਦੀ ਮਿਸਟੇਕ ਹੋਈ ਹੈ ਅਤੇ ਤੁਸੀਂ ਫਾਈਲ ਜਮ੍ਹਾਂ ਕਰਵਾ ਦਿੱਤੀ ਅਤੇ ਤੁਹਾਡੀ ਐਦੀ ਫਾਈਲ ਲਟਕਦੀ ਰਹਿਣੀ ਆ, ਫਿਰ ਪਤਾ ਨਹੀਂ ਕਦੋਂ ਵੀਜ਼ਾ ਲੱਗਣਾ ਜਾਂ ਰਿਜੈਕਟ ਵੀ ਹੋ ਸਕਦਾ ਜਣੀ। ਇਸ ਕਰਕੇ ਜੇ ਅਗਰ ਕੋਈ ਮਿਸਟੇਕ ਆ, ਤੁਸੀਂ ਪਹਿਲਾਂ ਉਹਨੂੰ ਠੀਕ ਕਰਵਾ ਕੇ ਉਸ ਤੋਂ ਬਾਅਦ ਫਾਈਲ ਆਪਣੀ ਜਮ੍ਹਾਂ ਕਰਾਓ ਤਾਂ ਕਿ ਕੋਈ ਪ੍ਰੋਬਲਮ ਨਾ ਆਵੇ। ਹੁਣ ਗੱਲ ਕਰਦੇ ਹਾਂ ਜਿਹੜੇ ਨੂਲੇ ਉਸਤਾਂ ਦੀ ਅਪਡੇਟ ਸਾਡੇ ਤੱਕ ਪਹੁੰਚੀ ਆ। ਪਹਿਲਾਂ ਗੱਲ ਕਰਦੇ ਹਾਂ ਨਾਪੋਲੀ। ਨਾਪੋਲੀ 9:04, ਅਤੇ ਉਸ ਤੋਂ ਬਾਅਦ ਇੱਕ ਹੋਰ ਨਾਪੋਲੀ ਆ, ਉਹ ਹੈਗਾ 9:25। ਉਹ ਤੋਂ ਬਾਅਦ ਤਰਵੀਸੋ 9:02:37, ਫਿਰ ਹੈਗਾ ਅਵਲੀਨੋ 9:01:06, ਕਸੈਰਤਾ 9:07:43। ਇਹ ਸੀਗੇ ਨੂਲੇ ਉਸ 'ਤੇ ਜਿਹੜੀ ਹੁਣ ਤੱਕ ਸਾਡੇ ਕੋਲ ਅਪਡੇਟ ਪਹੁੰਚੀ ਆ। ਅਤੇ ਜੇ ਕੋਈ ਹੋਰ ਵੀ ਨਵੀਂ ਅਪਡੇਟ ਸਾਡੇ ਤੱਕ ਪਹੁੰਚਦੀ ਹੈ ਤਾਂ ਅਸੀਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗੇ। ਅਤੇ ਜਿਹੜੇ ਵੀ ਮੇਰੇ ਵੀਰ ਭੈਣ ਭਰਾ ਦਾ ਨੂਲਾ ਉਸਤਾ ਜਾਰੀ ਹੁੰਦਾ, ਉਹ ਵੀ ਸਾਨੂੰ ਟਾਈਮ ਅਤੇ ਸਿਟੀ ਦਾ ਨਾਮ ਲਿਖ ਕੇ ਜ਼ਰੂਰ ਭੇਜੋ ਤਾਂ ਕਿ ਅਸੀਂ ਹੋਰ ਵੀ ਵੀਰ ਭੈਣ ਭਰਾਵਾਂ ਨੂੰ ਦੱਸ ਸਕੀਏ ਅਤੇ ਉਹਨਾਂ ਨੂੰ ਥੋੜ੍ਹਾ ਹੌਸਲਾ ਹੋ ਸਕੇ। ਅਤੇ ਹੁਣ ਗੱਲ ਕਰਦੇ ਫੈਮਿਲੀ ਵੀਜ਼ੇ ਦਾ ਪ੍ਰੋਸੈਸ ਬਾਰੇ ਕਿ ਕਿੰਨਾ ਕੁ ਟਾਈਮ ਲੱਗ ਜਾਂਦਾ ਆ। ਅਤੇ ਜਿਹਨਾਂ ਨੇ ਵੀ ਪੇਪਰ ਭਰੇ ਆ, ਕਿਸੇ ਕਈ ਵੀ, ਕਿਉਂਕਿ ਕਮੈਂਟ ਵੀ ਆਉਂਦੇ ਕਿ ਕੋਈ ਕਹਿੰਦਾ 5 ਮਹੀਨੇ ਹੋ ਗਏ ਜਾਂ 6 ਮਹੀਨੇ ਹੋ ਗਏ, ਅਤੇ ਉਹਨਾਂ ਦੱਸਣਾ ਚਾਹੁੰਦਾ ਕਿ ਜਿਹੜੇ ਇਹ ਫੈਮਿਲੀ ਵੀਜ਼ੇ ਦਾ ਪ੍ਰੋਸੈਸ ਹੁੰਦਾ ਇਹ 6 ਮਹੀਨੇ, ਵੱਧ ਤੋਂ ਵੱਧ 6 ਮਹੀਨੇ ਲੱਗਦੇ ਇਹਨੂੰ, 6 ਮਹੀਨੇ ਦੇ ਅੰਦਰ ਅੰਦਰ ਹੋ ਜਾਂਦਾ। ਪਰ ਉਹਦੇ ਵਿੱਚ ਕੰਡੀਸ਼ਨ ਇਹ ਹੈ ਕਿ ਜੇ 6 ਮਹੀਨੇ ਤੁਹਾਡਾ ਜਿਹੜੀ ਫਾਈਲ ਆ ਉਹਦੇ ਵਿੱਚ ਕੋਈ ਕਮੀ ਨਹੀਂ ਹੋਣੀ ਚਾਹੀਦੀ, ਜੋ ਪੇਪਰ ਚਾਹੀਦੇ ਸਾਰੀ ਕੰਪਲੀਟ ਹੋਣੀ ਚਾਹੀਦੀ ਆ। ਅਤੇ ਜਿਸ ਵੀਰ ਨੇ, ਭੈਣ ਨੇ, ਜਿਹਨੇ ਵੀ ਪੇਪਰ ਭਰੇ ਆ ਉੱਧਰੋਂ, ਅਤੇ ਉਹ ਆਪਣੀ ਸਪੈਡ ਆਈ ਟੀ ਤੋਂ ਵੀ ਚੈੱਕ ਕਰ ਸਕਦੇ ਕਿ ਤੁਹਾਡੇ ਕਿਸੇ ਪੇਪਰ ਦੀ ਕਮੀ ਤਾਂ ਨਹੀਂ, ਜਾਂ ਤੁਹਾਡਾ ਪ੍ਰੋਸੈਸ ਵਿੱਚ ਹੈ, ਜਾਂ ਕੋਈ ਕੁਛ ਵੀ ਕੋਈ ਪ੍ਰੋਬਲਮ ਤਾਂ ਨਹੀਂ ਹੈਗੀ। ਅਤੇ ਉਹ ਆਪਣੀ ਸਪੈਡ ਆਈ ਡੀ ਤੋਂ ਪੂਰੀ ਆਪਣੀ ਡਿਟੇਲ ਚੈੱਕ ਕਰ ਸਕਦੇ ਕਿ ਕੋਈ ਪੇਪਰ ਦੀ ਕਮੀ ਤਾਂ ਨਹੀਂ ਹੈ, ਜਾਂ ਅੰਬੈਸੀ ਵੱਲੋਂ ਕੋਈ ਓਬਜੈਕਸ਼ਨ ਤਾਂ ਨਹੀਂ ਲੱਗਿਆ ਹੋਇਆ। ਅਤੇ ਇਹ ਚੀਜ਼ਾਂ ਤੁਸੀਂ ਉਸ ਆਈ ਡੀ ਤੋਂ ਵੀ ਚੈੱਕ ਕਰ ਸਕਦੇ ਆ। ਅਤੇ ਹੁਣ ਗੱਲ ਕਰਦੇ ਕਿ ਅਪੁਆਇੰਟਮੈਂਟ ਕਦੋਂ ਓਪਨ ਹੁੰਦੀ ਆ ਅਤੇ ਕਿਹੜੇ ਮਹੀਨੇ ਦੀ ਸਾਨੂੰ ਅਪੁਆਇੰਟਮੈਂਟ ਮਿਲ ਸਕਦੀ ਆ ਹੁਣ। ਅਤੇ ਜਦ ਇੱਕ ਪਹਿਲੀ ਤਾਂ ਗੱਲ ਇਹ ਹੈ ਕਿ ਜਿਹੜੀ ਅਪੁਆਇੰਟਮੈਂਟ ਆ ਇਹਦਾ ਕੋਈ ਹਜੇ ਤੱਕ ਨਹੀਂ ਪਤਾ ਲੱਗਿਆ ਕਿ ਕਦੋਂ ਓਪਨ ਹੁੰਦੀ ਆ। ਇਹ ਤਾਂ ਬਸ ਤੁਸੀਂ ਇਹ ਹੈ ਕਿ ਚੈੱਕ ਕਰਦੇ ਰਹੋ ਕਿਸੇ ਟਾਈਮ ਵੀ, ਜਦੋਂ ਤੁਹਾਨੂੰ ਓਪਨ ਮਿਲ ਗਈ ਤਾਂ ਆਪਣੀ ਅਪੁਆਇੰਟਮੈਂਟ ਬੁੱਕ ਕਰ ਲਓ। ਅਤੇ ਦੂਸਰੀ ਗੱਲ ਇਹ ਹੈ ਕਿ ਜਿਹੜੀ ਬਈ ਕਿਹੜੇ ਮਹੀਨੇ ਦੀ ਮਿਲ ਸਕਦੀ ਅਪੁਆਇੰਟਮੈਂਟ, ਉਹ ਹੈਗਾ ਕਿ ਜੁਲਾਈ ਦੀ ਹੁਣ ਇਸ ਟਾਈਮ ਮਿਲ ਰਹੀ ਆ ਅਪੁਆਇੰਟਮੈਂਟ, ਅਤੇ ਉਹ ਵੀ ਬਹੁਤ ਘੱਟ ਓਪਨ ਹੋ ਰਿਹਾ। ਅਤੇ ਉਸ ਤੋਂ ਬਾਅਦ ਜੇ ਕਿ ਜੇ ਕੋਈ ਚਾਹੁੰਦਾ ਕਿ ਜੂਨ ਮਹੀਨੇ ਦੀ ਤਾਂ ਇਸ ਤਾਂ ਹੀ ਮਿਲ ਸਕਦੀ, ਜਿੱਦਾਂ ਕੋਈ ਪਹਿਲਾਂ ਬੁਕਿੰਗ ਹੋਈ ਉਹਨਾਂ ਨੇ ਕੈਂਸਲ ਕਰ ਦਿੱਤੀ ਜਾਂ ਕੈਂਸਲ ਹੋ ਗਈ ਜਾਂ ਮਤਲਬ ਇਹ ਕੋਈ ਕਾਰਨ ਕਰਕੇ ਕੈਂਸਲ ਹੋ ਗਈ ਜਾਂ ਕੁਛ ਵੀ ਆ, ਤਾਂ ਕੋਈ ਇੱਕ ਅੱਧਾ ਚਾਂਸ ਹੋ ਸਕਦਾ ਕਿ ਤੁਹਾਨੂੰ ਜੂਨ ਮਹੀਨੇ ਦੀ ਮਿਲ ਜਾਵੇ, ਨਹੀਂ ਤਾਂ ਅਦਰਵਾਈਜ਼ ਹੁਣ ਤੁਹਾਨੂੰ ਜੁਲਾਈ ਮਹੀਨੇ ਦੀ ਅਪੁਆਇੰਟਮੈਂਟ ਮਿਲਣੀ ਆ। ਅਤੇ ਜੁਲਾਈ ਤੋਂ ਬਾਅਦ ਫਿਰ ਜੇ ਅਗਰ ਜੁਲਾਈ ਵੀ ਫੁੱਲ ਹੋ ਜਾਂਦਾ ਆ ਫਿਰ ਅਗਸਤ ਮਹੀਨੇ 'ਤੇ ਚਲੇ ਜਾਣਾ ਕੰਮ, ਤਾਂ ਫਿਲਹਾਲ ਜੁਲਾਈ ਮਹੀਨੇ ਦੀ ਹਜੇ ਅਪੁਆਇੰਟਮੈਂਟ ਮਿਲ ਰਹੀ ਹੈ। ਅਤੇ ਜੇਕਰ ਸਲੋਟ ਓਪਨ ਹੋ ਜਾਂਦਾ ਆ ਤਾਂ ਅਸੀਂ ਆਪਣੀ ਸ਼ੋਰਟ ਵੀਡੀਓ ਪਾ ਕੇ ਤੁਹਾਨੂੰ ਦੱਸ ਦੇਵਾਂਗੇ, ਅਤੇ ਇਸ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਨੂੰ ਨਵੀਂ ਜਾਣਕਾਰੀ ਮਿਲਦੀ ਰਹੇ। ਅਤੇ ਇਹ ਸੀ ਅੱਜ ਦੀ ਜਾਣਕਾਰੀ। ਜੇ ਜਾਣਕਾਰੀ ਵਧੀਆ ਲੱਗੀ ਤਾਂ ਲਾਈਕ, ਸ਼ੇਅਰ, ਕਮੈਂਟ ਜ਼ਰੂਰ ਕਰਿਓ। ਧੰਨਵਾਦ।